ਹੈਲੋ ਐਵਰੀਵਨ, ਸਤਿ ਸ੍ਰੀ ਅਕਾਲ, ਕਿਵੇਂ ਹੋ ਜੀ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ, ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਤੰਦਰੁਸਤ ਰੱਖੇ, ਚੜ੍ਹਦੀ ਕਲਾ 'ਚ ਰੱਖੇ ਜੀ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਪਿਛਲੀ ਵੀਡੀਓ 'ਚ ਦੇਖਿਆ ਹੀ ਹੈ ਵੀ ਆਪਾਂ ਹੋਏ ਹੋਏ ਅੱਜ ਇਕੱਠੇ। ਨਣਦ ਮੇਰੀ ਆ ਚੁੱਕੀ ਆ ਦੀਪੀ, ਅਤੇ ਨੈਕਸਟ ਮਹਿਮਾਨ ਹਜੇ ਆਉਣ ਵਾਲਾ, ਅਤੇ ਯੁਵਰਾਜ ਅਤੇ ਨਵਨੀਤ ਚੱਲੇ ਨੇ ਹੁਣ ਪਤੰਗ ਚੜਾਉਣ। ਹੈ ਹੁਣ ਕਿਹੜਾ ਟਾਈਮ ਆ? ਹੁਣ ਇਹ ਲੱਗ ਕੇ ਨਾ ਉਹਦੇ ਨਾਲ ਮਸਤੀ ਕਰੂਗਾ, ਪੂਰਾ ਪਤੰਗ ਬਾਜ਼ੀ ਕਰੂਗਾ। ਅਤੇ ਦੂਜਾ ਮਹਿਮਾਨ ਵੀ ਆਪਣਾ ਆਉਣ ਵਾਲਾ ਹੀ ਹੈ ਜੀ, ਮਿਲਾਉਂਦੀ ਹਾਂ ਮੈਂ ਤੁਹਾਨੂੰ। ਕਿਹੜੇ ਸਪੈਸ਼ਲ ਗੈਸਟ ਨੇ? ਇੱਕ ਨੇ ਹੋਰ ਆਉਣਾ, ਗੁਰਦੀਪ, ਅੱਜ ਗੱਡੀ ਤਾਂ ਹੀ ਲੈ ਕੇ ਗਏ ਸੀਗੇ, ਉਹ ਆਉਂਦੇ ਹੋਏ ਲੈ ਕੇ ਆਉਣਗੇ ਉਹਨੂੰ। ਹਜੇ ਥੋੜ੍ਹਾ ਜਿਹਾ ਸਸਪੈਂਸ ਰਹਿਣ ਤਾਂ ਵਧੀਆ ਲੱਗੂਗਾ, ਹੈ ਨਾ? ਹੈ ਨਾ ਦੀਪੀ? ਦੀਪੀ ਆਸਾ ਸੋ ਰਹੀ ਹੈ ਦੂਰੀ, ਕਹਿੰਦੀ ਹੋਊਗੀ ਇਹਨੂੰ ਕੋਈ ਕੰਮ ਨਹੀਂ, ਜਦੇ ਫੋਨ ਲੈ ਕੇ ਖੜ ਜਾਂਦੀ ਹੈ ਇਹ। ਅਤੇ ਬਸ ਇਹ ਨਵਨੀਤ ਜੈਕਟ ਵਗੈਰਾ ਸਿੱਟ ਗਿਆ ਹੁਣ। ਦੇਖੋ ਜੀ, ਸਾਨੂੰ ਮੰਮੀਆਂ ਨੂੰ ਫਿਰ ਇਹੀ ਕੰਮ ਹੁੰਦਾ ਵੀ ਬੱਚੇ ਸਮਾਨ ਖੜਾ ਕੇ ਜਾਂਦੇ ਹੁੰਦੇ ਨੇ, ਅਤੇ ਅਸੀਂ ਮੰਮੀਆਂ ਇਕੱਠੇ ਕਰਦੇ ਹੁੰਦੇ ਹਾਂ, ਹੈ ਨਾ ਦੀਪੀ? ਦੀਪੀ ਆਹ ਰੰਗ ਸੋਹਣਾ ਲੱਗਦਾ ਤੇਰੇ ਸੂਟ ਦਾ ਪਾਇਆ ਹੋਇਆ, ਹੈ ਨਾ? ਪਸੰਦ ਕਿਹਦੀ ਆ ਫਿਰ? ਕਮਲ ਦੀ ਆ, ਉਹ ਬੁਟੀਕ ਵਾਲੀ ਅਸੀਂ ਇਸੇ ਕਰਕੇ ਰੱਖੀ ਹੋਈ ਆ ਵੀ ਬਹੁਤ ਸਪੈਸ਼ਲ ਆ ਸਾਡੇ ਲਈ, ਉਹ ਸਾਡੇ ਕੱਪੜੇ ਬੜੇ ਸੋਹਣੇ ਡਿਜ਼ਾਇਨ ਕਰਦੀ ਆ। ਹੋਰ ਗੱਲਾਂ ਦੀਆਂ ਗੱਲਾਂ, ਇਹ ਉਹਦੇ ਵਿੱਚ ਖੂਬੀ ਆ ਜੀ, ਖੂਬੀ ਕੱਪੜਿਆਂ ਦੀ ਹੈ। ਅਤੇ ਲਓ ਜੀ, ਇਹ ਤਾਂ ਸਮੇਟਦੀ ਆ ਹੁਣ ਆਪਣੇ ਕੱਪੜੇ, ਮੈਂ ਵੜਦੀ ਹਾਂ ਕਿਚਨ 'ਚ, ਥੋੜ੍ਹਾ ਬਹੁਤਾ ਜੋ ਵੀ ਕੰਮ ਰਹਿੰਦਾ ਏ ਉਹ ਅਗਲਾ ਕਰਦੇ ਹਾਂ ਆਪਾਂ, ਸ਼ੁਰੂ ਕਰਨ ਲੱਗਦੀ ਹਾਂ ਬਸ। ਫਿਰ ਮਿਲਦੇ ਹਾਂ ਜੀ ਨਾਲ ਦੀ ਨਾਲ ਤੁਹਾਨੂੰ। ਇੱਥੇ ਲਓ ਜੀ, ਸ਼ਾਮ ਦਾ ਡਿਨਰ ਮੇਰਾ ਤਿਆਰ ਹੋ ਗਿਆ। ਆਹ ਬਣਾਇਆ ਆਪਾਂ ਸ਼ਾਹੀ ਪਨੀਰ, ਗ੍ਰੇਵੀ ਮੈਂ ਥੋੜ੍ਹੀ ਜਿਹੀ ਜ਼ਿਆਦਾ ਰੱਖੀ ਹੈ ਜੀ ਕਿਉਂਕਿ ਗ੍ਰੇਵੀ ਵਾਲਾ ਖਾਣਾ ਸਾਰੇ ਕਹਿੰਦੇ। ਅਤੇ ਆਹ ਲਾਇਆ ਆਪਾਂ ਸਾਗ ਨੂੰ ਤੜਕਾ, ਇਹ ਵੀ ਧਨੀਆ ਧੁਨੀਆ ਪਾ ਕੇ ਰੈਡੀ ਆ। ਅਤੇ ਆਹ ਬਣਾਈ ਆ ਮੈਂ ਧਨੀਏ ਦੀ ਚਟਨੀ, ਅਤੇ ਆਹ ਹੈਗਾ ਜੀ ਰਾਇਤਾ, ਬੂੰਦੀ ਵਾਲਾ ਰਾਇਤਾ ਬਣਾਇਆ, ਨਮਕ ਨਹੀਂ ਪਾਇਆ ਇਹਦੇ ਵਿੱਚ, ਧਨੀਆ ਪਾਊਡ ਸੋਰੀ ਜੀਰਾ ਭੁੰਨਿਆ ਹੋਇਆ ਪਾ ਲਿਆ ਸੀਗਾ, ਅਤੇ ਇੱਕ ਪਾ ਲਿਆ ਸੀਗਾ ਕਾਲੀ ਮਿਰਚ। ਆਹ ਹੈਗੀ ਆਪਣੀ ਖੀਰ ਵੀ ਬਣ ਕੇ ਰੈਡੀ ਆ, ਠੰਡੀ ਹੋ ਗਈ। ਅਤੇ ਆਹ ਗੁੰਨਿਆ ਹੋਇਆ ਆਟਾ, ਹੁਣ ਫੁਲਕੇ ਰਹਿ ਗਏ, ਫੁਲਕੇ ਬਣਾਉਂਦੇ ਹਾਂ ਬਸ ਆਪਾਂ ਠਹਿਰ ਕੇ ਹਜੇ। ਲਓ ਜੀ, ਪਹੁੰਚ ਗਏ ਇੱਥੇ ਆਪਣੇ ਨੈਕਸਟ ਸਪੈਸ਼ਲ ਗੈਸਟ, ਜਿਨ੍ਹਾਂ ਨੇ ਆਉਣਾ ਸੀ ਉਹ ਵੀ ਪਹੁੰਚ ਚੁੱਕੇ ਨੇ। ਅੱਜ ਨਾ ਮੇਰੀਆਂ ਦੋਨੋਂ ਨਣਦਾਂ ਇਕੱਠੀਆਂ ਹੋਈਆਂ ਨੇ, ਅੱਜ ਤਾਂ ਮੇਰੇ ਲਈ ਇੰਨਾ ਖੁਸ਼ੀ ਦਾ ਦਿਨ ਆ, ਇੰਨਾ ਖੁਸ਼ੀ ਦਾ ਦਿਨ ਆ, ਪੁੱਛੋ ਨਾ। ਅਤੇ ਇੱਥੇ ਆ ਗਈ ਜੀ ਹਰਪ੍ਰੀਤ, ਇਹ ਨੈਕਸਟ ਆਪਣੇ ਗੈਸਟ ਹੀ ਸੀਗੇ, ਹਰਪ੍ਰੀਤ ਅਤੇ ਸਾਵਲ ਨੂੰ ਲੈ ਕੇ ਆਉਣਾ ਸੀਗਾ ਗੁਰਦੀਪ ਨੇ ਆਉਂਦੇ ਹੋਏ। ਅਤੇ ਇੱਥੇ ਮੈਂ ਬਣਾਉਣ ਲੱਗੀ ਸੀ ਫੁਲਕੇ, ਅਤੇ ਉਹ ਕਿਚਨ 'ਚ ਨਾ ਮੇਰੇ ਕੋਲ ਬਹਿ ਗਈਆਂ ਸੀ, ਉਹ ਕਹਿੰਦੀਆਂ ਸੀ ਭਾਬੀ ਅਸੀਂ ਬਣਵਾ ਦਿੰਦੇ ਤੇਰੇ ਨਾਲ। ਮੈਂ ਕਿਹਾ ਨਹੀਂ ਵੀ ਤੁਸੀਂ ਬੈਠੋ ਗੱਲਾਂ ਕਰੋ, ਅਸੀਂ ਨਾ ਮੈਂ ਕਹਿੰਦੀ 3-4 ਸਾਲ ਬਾਅਦ ਇੱਦਾਂ ਇਕੱਠੀਆਂ ਹੋਈਆਂ, ਕਿਉਂਕਿ ਦੇਖੋ ਜੀ ਹਰਪ੍ਰੀਤ ਬਾਹਰ ਕਰਕੇ ਉਹਦਾ ਮੇਲਾ 3 ਸਾਲ ਬਾਅਦ ਆਈ ਆ, ਹੈ ਨਾ? ਅਤੇ ਦੀਪੀ ਦੀ ਸਾਸੂ ਮੰਮਾ ਥੋੜ੍ਹੇ ਹੈ ਨਾ, ਉਹਨਾਂ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਹੈਗਾ, ਵੀ ਬੈਠੇ ਬੈਠੇ ਤਾਂ ਕਰ ਲੈਂਦੇ ਨੇ, ਪਰ ਜਿਵੇਂ ਮੱਝਾਂ ਰੱਖੀਆਂ ਹੋਈਆਂ ਉਹਨਾਂ ਦੇ ਧਾਰਾਂ ਦਾ ਕੰਮ ਹੋ ਗਿਆ ਜਾਂ ਹੋਰ ਫਿਰਨ ਤੁਰਨ ਵਾਲੇ ਕੰਮ ਨਹੀਂ ਹੁੰਦੇ ਮਾਸੀ ਜੀ ਤੋਂ, ਹੈ ਨਾ? ਉਹ ਇਸ ਕਰਕੇ ਉਹਦਾ ਵੀ ਰਹਿਣਾ ਨਹੀਂ ਬਣਦਾ ਹੈਗਾ, ਹੈ ਨਾ? ਉਹ ਵੀ ਮੈਂ ਕਹਿੰਦੀ 3 ਸਾਲ ਬਾਅਦ ਹੀ ਰਾਤ ਰਹੀ ਆ। ਅੱਜ ਨਾ ਅਸੀਂ 3 ਸਾਲ ਬਾਅਦ ਇਕੱਠੇ ਹੋਏ ਹਾਂ, ਇੰਨੀਆਂ ਰੌਣਕ ਲੱਗੀ ਪਈ ਸੀ ਘਰ 'ਚ, ਇੰਨੀ ਰੌਣਕ ਲੱਗੀ ਪਈ ਸੀ ਵੀ
ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀਗਾ ਹੈ ਨਾ। ਯੂਵੀ ਨੂੰ ਉਦੋਂ ਵੱਧ ਚਾਅ ਚੜਿਆ ਹੋਇਆ ਸੀਗਾ, ਮੈਨੂੰ ਉਦੋਂ ਵੱਧ, ਮੰਮੀ ਨੂੰ ਤਾਂ ਚਲੋ ਚੜ੍ਹਨਾ ਹੀ ਚੜ੍ਹਨਾ ਸੀ ਹੈ ਨਾ, ਗੁਰਦੀਪ ਨੂੰ ਵੀ ਬਹੁਤ ਚਾਅ ਚੜਿਆ ਹੋਇਆ ਸੀ। ਉਹ ਵੀ ਜਲਦੀ ਦੇਖ ਲਓ ਕੰਮ ਤੋਂ ਵੀ ਅੱਜ ਜਲਦੀ ਆ ਗਏ, ਛੁੱਟੀ ਲੈ ਕੇ ਘੰਟਾ ਪਹਿਲਾਂ ਆ ਗਏ ਹੈ ਨਾ। ਅਤੇ ਅਸੀਂ ਕਿਹਾ ਸਾਨੂੰ ਇਹ ਸੀ, ਹੁਣ ਮੈਂ ਕਿਹਾ ਹੋਰ ਮੈਂ ਸਾਰੇ ਕੰਮ ਤੁਹਾਨੂੰ ਪਤਾ ਕਰਕੇ ਰੱਖ ਲਏ ਸੀ, ਬਸ ਇਹ ਸੀ ਵੀ ਫੁਲਕੇ ਬਣਾ ਕੇ ਖਾ ਕੇ ਫਿਰ ਬੈਠ ਕੇ ਵਾਹ ਵਾਹ ਗੱਲਾਂ ਮਾਰਨੀਆਂ ਨੇ ਬਸ। ਵੈਸੇ ਆਪਾਂ ਤਾਂ ਦੀਦੀ ਵੈਸੇ ਕਿਸੇ ਚੀਜ਼ ਨੂੰ ਨੀ ਕਰੀ ਦੀ, ਆਪਾਂ ਸਭ ਚੀਜ਼ਾਂ ਆਉਣ ਲੋ ਖਾਣ ਨੂੰ ਹੜਾ ਤਾਂ ਹੈਗਾ ਹੀ ਆ। ਜਾਂ ਮੇਰਾ ਵਿਆਹ ਹੋਇਆ ਹੀ ਹੋਇਆ ਤੂੰ ਰਹੀ ਸੀ ਮੇਰੇ ਕੋਲ, ਅੱਛਾ ਜਾਂ ਰੋਟੀ ਨਹੀਂ ਹੁਣ 20 ਸਾਲ ਹੋ ਗਏ ਯਾਦ ਨੀ ਹੈ ਨਾ, ਜਾਂ ਆਪਾਂ ਰੋਟੀ ਖਾਧੀ ਇਹਨੇ ਹਰਪ੍ਰੀਤ ਨੇ ਤਾਂ ਕੀ ਕਿਹਾ ਮੈਨੂੰ, ਰੋਟੀ ਆਪਾਂ ਇਕੱਠੀਆਂ ਨੇ ਖਾਧੀ ਸਹੀ, ਜਿਵੇਂ ਮੈਂ ਤਾਂ ਪਹਿਲੇ ਨੀ ਸੰਗਦੀ ਸੀ ਰੋਟੀ ਰੋਟੀ ਖਾਣ ਲੱਗੇ, ਇਹ ਮੈਨੂੰ ਕਹਿੰਦੀ ਭਾਬੀ ਸੰਗਣਾ ਨੀ ਇਹ ਰੱਜ ਕੇ ਰੋਟੀ ਪਾਣੀ ਖਾ, ਮੈਂ ਚੱਕਦੀ ਸੀ ਨਾਲੇ ਕਿੰਨੀ ਵਧੀਆ ਆਪਣੇ ਮਨ ਚ ਕੱਲੇ ਨੀ ਆ ਜਾਣਾ ਕਿਉਂਕਿ ਅਸੀਂ ਫਿਰ ਆ ਨੀ ਨਾ ਸਕਦੇ, ਫਿਰ ਸਾਡੀ ਕਾਰ ਸੀਟਾਂ ਦੋ ਹੋ ਜਾਣੀਆਂ ਨੇ, ਪਿੱਛੇ ਅਮਨ ਆ, ਪਿੱਛੇ ਮੈਂ, ਤੁਸੀਂ ਪੰਜ ਜਣੇ ਪਿੱਛੇ ਪੂਰੇ ਸਾਰੇ ਟੈਚੂਡ ਸੀ ਨਾ, ਦੋ ਦਿਨ ਰਹਿ ਗਏ ਹੁਣ ਤੇ ਹੁਣ ਤਾਂ ਹੌਲ ਤੇ ਨਹੀਂ ਪੈਂਦੇ ਨਾ, ਪਰ ਹੁਣ ਤਾਂ ਆਪਣਾ ਘਰ ਹੋ ਗਿਆ ਜੀ, ਦੱਸੀ ਤੇ ਗਈ ਆ ਵੀਡੀਓ ਪਹਿਲਾਂ ਨਿਊ ਜਾਣਾ ਨਾ, ਅਰਪਿਤ ਪਹਿਲਾਂ ਹੋਸਟਲਾਂ ਚ ਵੀ ਗਈ ਹੋਈ ਆ ਮਾਂ, ਪਰ ਘਰ ਰਹੀ ਕਦੋਂ ਹੋ ਗਿਆ ਮੈਂ ਉਹਦੇ ਉਹ ਜਮੇ ਖਤਮ ਹੁੰਦਾ ਜਾਂ ਜਾਂ ਸਾਰੇ ਨਾ, ਉਹ ਮੇਰੇ ਖਤਮ ਹੋਣਾ ਹੀ ਸੀ ਉਹਦੇ ਕੋਲ ਦੋਨੋਂ ਮਨ ਖਤਮ ਸੀ ਮੁਕਸਰ ਬਹੁਤ ਤੇ ਸੀ ਬੇਦੋ ਉਸ ਵੀ ਗਿਆ ਮੈਂ ਤਾਂ ਹੁਣ ਮੈਂ ਗਈ ਥੱਕੇ ਜਾਂਦੇ ਅੱਜ ਤਾਂ ਨਾ ਗੁਰਦੀਪ ਨੇ ਵੀ ਕੈਮਰੇ ਦੇ ਸਾਹਮਣੇ ਬੈਠ ਕੇ ਖੂਬ ਰੌਣਕਾਂ ਲਾਈਆਂ, ਖੁਸ਼ ਹੋਇਆ ਪਿਆ ਸੀ, ਮੇਰੇ ਭੈਣ ਆਈਆਂ ਹੋਈਆਂ ਨੇ, ਹਰਪ੍ਰੀਤ ਨੂੰ ਛੇੜਦੇ ਸੀਗੇ ਜੀ ਹੈ ਨਾ, ਹਰਪ੍ਰੀਤ ਨੂੰ ਕਹਿੰਦੇ ਸੀ, ਕਹਿੰਦੇ ਉਹ ਕਹਿੰਦੀ ਮੈਂ ਘਰੇ ਰਹੀ ਉਹ ਕਦੋਂ ਆ, ਦੇਖੋ ਜੀ ਪਹਿਲਾਂ ਉਹ ਹੋਸਟਲ 'ਚ ਪੜ੍ਹਦੀ ਸੀਗੀ ਹੈ ਨਾ,
ਉਸ ਤੋਂ ਬਾਅਦ ਉਹਨੇ ਜੋਬ ਕਰੀ, ਉਹ ਵੀ ਬਾਹਰ ਕਰੀ ਮੁਕਤਸਰ ਰਹਿ ਕੇ, ਫਿਰ ਉਹ ਬਾਹਰ ਚਲੇ ਗਈ, ਪਹਿਲਾਂ ਨਿਊਜ਼ੀਲੈਂਡ ਵੀ ਉਹਨੇ ਕਾਫੀ ਸਾਲ ਲਾਏ ਨੇ, ਉਸ ਤੋਂ ਬਾਅਦ ਉਹਦਾ ਕੈਨੇਡਾ ਦਾ ਬਣ ਗਿਆ ਸੀ, ਇੱਧਰ ਚਲੇ ਗਈ। ਤਾਂ ਹੀ ਉਹਨੂੰ ਹੱਸਦੇ ਸੀ ਅਸੀਂ ਕਿ ਤੂੰ ਤਾਂ ਘਰ ਰਹੀ ਹੋ ਨਹੀਂ ਵੀ ਬਹੁਤ, ਮੈਂ ਕਿਹਾ ਤੈਨੂੰ ਤਾਂ ਵੀ ਹੁਣ ਤੂੰ ਕੈਨੇਡਾ ਜਾਣਾ ਵੀ ਹੈ ਨਾ ਕਿਵੇਂ ਲੱਗੂਗਾ, ਕਹਿੰਦੀ ਨਹੀਂ ਭਾਬੀ ਮੈਨੂੰ ਨਹੀਂ ਔਖਾ ਲੱਗਦਾ। ਦੇਖੋ ਜਿੱਥੇ ਆਪਾਂ ਰਹਿਣ ਲੱਗ ਜਾਈਏ ਨਾ ਉੱਥੇ ਆਪਾਂ ਨੂੰ ਫਿਰ ਆਪਣਾ ਘਰ ਲੱਗਣ ਲੱਗ ਜਾਂਦਾ, ਗੱਲ ਵੀ ਹੁੰਦੀ ਹੈ ਜੀ, ਹੈ ਨਾ। ਮੈਂ ਕਿਹਾ ਚਲੋ ਵਧੀਆ, ਸਮਝਣਾ ਵੀ ਚਾਹੀਦਾ ਜੀ, ਦੇਖੋ ਜਿੱਥੇ ਆਪਾਂ ਰਹਿੰਦੇ ਹਾਂ ਉਹੀ ਆਪਣਾ ਘਰ ਸਮਝਣਾ ਚਾਹੀਦਾ, ਇਹਦੇ ਵਿੱਚ ਆਪਾਂ ਖੁਸ਼ ਨਾਲੇ ਆਪਣਾ ਪਰਿਵਾਰ ਖੁਸ਼, ਹੈ ਨਾ। ਅਤੇ ਲਓ ਜੀ, ਉਸ ਤੋਂ ਬਾਅਦ ਅਸੀਂ ਗੱਲਾਂ ਬਾਤਾਂ ਮਾਰ ਕੇ ਵਾਹਵਾ ਰੌਣਕਾਂ ਲਾ ਕੇ ਹੁਣ ਲੱਗ ਗਈਆਂ ਸੀਗੀਆਂ ਖਾਣਾ ਪਾਉਣ। ਗੁਰਦੀਪ ਨੂੰ ਪਹਿਲਾਂ ਅਸੀਂ ਹੱਸਦੇ ਸੀ, ਮੈਂ ਕਿਹਾ ਤੁਸੀਂ ਕਿਉਂ ਸਾਡੇ ਵਿੱਚ ਬਹਿੰਦੇ ਹੋ, ਅਸੀਂ ਕੁੜੀਆਂ ਕੁੜੀਆਂ ਆਪਣੀਆਂ ਗੱਲਾਂ ਕਰਦੇ ਹਾਂ, ਆਪਣੇ ਘਰ ਵਾਲਿਆਂ ਦੀਆਂ ਚੁਗਲੀਆਂ ਕਰਦੇ ਹਾਂ। ਕਹਿੰਦੇ ਨਹੀਂ, ਮੈਂ ਤਾਂ ਵਿੱਚ ਬੈਠੂੰਗਾ, ਮੇਰੇ ਸਾਹਮਣੇ ਮੇਰੀਆਂ ਚੁਗਲੀਆਂ ਕਰ ਲਾ ਮੈਨੂੰ, ਕਹਿੰਦੇ ਮੈਂ ਤਾਂ ਪਰ ਵਿੱਚੇ ਬੈਠੂੰਗਾ, ਉਹਨਾਂ ਨੂੰ ਇੰਨਾ ਚਾਅ ਸੀਗਾ। ਅਤੇ ਇੱਥੇ ਅਸੀਂ ਰੋਟੀ ਪਾਉਣ ਲੱਗ ਗਈਆਂ ਸੀਗੀਆਂ ਜੀ, ਰੋਟੀ ਉਹਨਾਂ ਨੇ ਮੇਰੇ ਨਾਲ ਪਵਾ ਕੇ ਲਿਜਾਣ ਲੱਗ ਗਏ ਸੀ। ਮੈਂ ਉਹਨਾਂ ਨੂੰ ਕਿਹਾ ਵੀ ਸੀ ਵੀ ਤੁਸੀਂ ਬੈਠ ਜਾਓ, ਮੈਂ ਲੈ ਕੇ ਆਉਂਦੀ ਹਾਂ ਵੀ ਮੈਂ ਜੂਬਿਨ ਲਾ ਲੈਂਦੀ ਹਾਂ। ਉਹ ਕਹਿੰਦੇ ਨਹੀਂ ਵੀ ਰਲ ਕੇ ਪਾਵਾਂਗੇ, ਰਲ ਕੇ ਖਾਂਦੇ ਹਾਂ ਬੈਠ ਕੇ ਸਾਰਿਆਂ ਨੇ। ਅਸੀਂ ਫੈਮਿਲੀ ਡਿਨਰ ਇੰਨਾ ਇੰਜੋਏ ਕੀਤਾ ਜੀ, ਇੰਨਾ ਇੰਜੋਏ ਕੀਤਾ। ਤੁਸੀਂ ਕਹੇਗੇ ਵਾਰ ਵਾਰ ਉਹੀ ਗੱਲ ਕਹੀ ਜਾਂਦੀ ਹੈ, ਪਰ ਸਹੀ ਗੱਲ ਹੈ ਜੀ, ਅੱਜ ਪੂਰੀ ਮਸਤੀ ਕੀਤੀ, ਫੁੱਲ ਫੈਮਿਲੀ ਮਸਤੀ, ਹੈ ਨਾ। ਬਹੁਤ ਦਿਲ ਲੱਗਿਆ ਜੀ, ਰੋਟੀਆਂ ਵੀ ਅਸੀਂ ਦੋ ਦੀ ਜਗ੍ਹਾ ਚਾਰ ਚਾਰ ਖਾਧੀਆਂ ਸਾਰਿਆਂ ਨੇ। ਗੁਰਦੀਪ ਨੂੰ ਮੈਂ ਹੱਸਣ ਲੱਗ ਗਈ, ਮੈਂ ਕਿਹਾ ਅੱਗੇ ਤਾਂ ਤੁਸੀਂ ਦੋ ਰੋਟੀਆਂ ਖਾਂਦੇ ਹੋ, ਅੱਜ ਭੈਣਾਂ ਦੀ ਚੌਦ ਵਿੱਚ ਚਾਰ ਖਾ ਗਏ, ਹੈ ਨਾ। ਉਹਨਾਂ ਨੂੰ ਹੱਸਣ ਲੱਗ ਗਿਆ, ਕਹਿੰਦਾ ਅੱਗੇ ਮੈਨੂੰ ਇਹ ਰੋਟੀ ਦਿੰਦੀ ਕਿੱਥੇ ਆ, ਕਹਿੰਦਾ ਤੁਹਾਡੇ ਸਾਹਮਣੇ ਹੀ ਦਿੰਦੀ ਆ, ਨਹੀਂ ਤਾਂ ਦਿੰਦੀ ਉਹ ਨਹੀਂ ਹੈਗੀ। ਇੱਦਾਂ ਸਾਡੀ ਮਸਤੀ ਚੱਲ ਰਹੀ ਸੀ ਜੀ, ਹਾਸਾ ਮਜ਼ਾਕ ਚੱਲ ਰਿਹਾ ਸੀਗਾ। ਅਤੇ ਸਾਰਿਆਂ ਨੂੰ ਡਿਨਰ ਬਹੁਤ ਜ਼ਿਆਦਾ ਪਸੰਦ ਆਇਆ ਸੀਗਾ, ਸਾਰੇ ਕਹਿੰਦੇ ਸੀਗੇ ਬਹੁਤ ਟੇਸਟੀ ਆ। ਸਾਵਲ ਨੂੰ ਨਾ ਚਟਨੀ ਬਹੁਤ ਪਸੰਦ ਆਈ ਮੇਰੀ ਧਨੀਏ ਦੀ, ਮੈਨੂੰ ਨਹੀਂ ਸੀ ਪਤਾ ਵੀ ਉਹਨੂੰ ਚਟਨੀ ਇੰਨੀ ਪਸੰਦ ਆ। ਮੈਂ ਤਾਂ ਨੋਰਮਲੀ ਉਹ ਬਣਾ ਲਈ ਸੀ ਵੀ ਚਲੋ ਧਨੀਆ ਹੁਣ ਹੈਗਾ ਏ ਵੀ ਆਪਾਂ ਬਣਾ ਲੈਂਦੇ ਹਾਂ, ਪਰ ਹਰਪ੍ਰੀਤ ਹੱਸਣ ਲੱਗ ਗਿਆ ਵੀ ਭਾਬੀ ਇਹ ਤਾਂ ਇਹਦੀ ਫੇਵਰੇਟ ਆ। ਮੈਂ ਕਿਹਾ ਚੱਲ ਫਿਰ ਤਾਂ ਵਧੀਆ ਹੋਇਆ, ਤੋਤੇ ਦੀ ਫੇਵਰੇਟ ਚੀਜ਼ ਮਿਲ ਗਈ। ਅਤੇ ਇੱਥੇ ਮੰਮੀ ਨਵਨੀਤ ਸਾਰੇ ਅਸੀਂ ਲੱਗੇ ਹੋਏ ਸੀ ਡਿਨਰ ਕਰਨ। ਅਤੇ ਅੱਜ ਇੱਕ ਭੈਣ ਦਾ ਬੀਰਪਾਲ ਕੌਰ ਦੀ ਆਈ ਡੀ ਤੋਂ ਆਇਆ ਹੋਇਆ ਜੀ ਮੈਸੇਜ, ਉਹਨਾਂ ਦੀ ਬੇਟੀ ਮਨਰੀਤ ਕੌਰ ਦਾ ਹੈਗਾ ਬਰਥਡੇ। ਹੈਪੀ ਬਰਥਡੇ ਮਨਰੀਤ ਬੇਟਾ, ਗੋਡ ਬਲੈਸ ਯੂ, ਪਰਮਾਤਮਾ ਜੀ ਤੁਹਾਨੂੰ ਹਰ ਇੱਕ ਖੁਸ਼ੀ ਦੇਵੇ, ਤੰਦਰੁਸਤੀ ਬਖਸ਼ੇ ਜੀ। ਇੱਦਾਂ ਹੀ ਆਪਣੀ ਜ਼ਿੰਦਗੀ 'ਚ ਤੁਸੀਂ ਖੁਸ਼ੀਆਂ ਮਾਣਦੇ ਰਹੋ, ਬਹੁਤ ਬਹੁਤ ਖੁਸ਼ੀਆਂ ਮਾਣੋ। ਅਤੇ ਅੱਜ ਦਾ ਦਿਨ ਤੁਹਾਡਾ ਬਹੁਤ ਬਹੁਤ ਵਧੀਆ ਗੁਜ਼ਰੇ, ਆਪਣੇ ਮੰਮੀ ਪਾਪਾ ਦਾ ਖੂਬ ਰੌਸ਼ਨ ਕਰੋ ਨਾਮ ਜੀ ਤੁਸੀਂ। ਅਤੇ ਲਓ ਜੀ, ਖਾਣਾ ਖਾ ਕੇ ਉਸ ਤੋਂ ਬਾਅਦ ਵੀ ਅਸੀਂ ਬੈਠੇ, ਮੈਂ ਕਹਿੰਦੀ ਹਾਂ 1 ਵਜ ਗਏ ਸਾਨੂੰ ਜੀ, ਹਾਂਜੀ ਸੌਣ ਨੂੰ। ਮੰਮੀ ਅਤੇ ਦੀਪੀ ਸੌਂ ਗਏ ਸੀ, ਕਿਉਂਕਿ ਦੀਪੀ ਦੇਖੋ ਜਲਦੀ ਉੱਠਦੀ ਆ ਉੱਥੇ ਧਾਰਾਂ ਚੋਣ ਕਰਕੇ, ਪਰ ਮੈਂ ਹਰਪ੍ਰੀਤ ਯੂਵੀ ਸਾਵਲ ਅਸੀਂ ਖੂਬ ਰੌਣਕ ਲਾਈ ਗੁਰਦੀਪ ਨੇ ਜੀ। ਉਸ ਤੋਂ ਬਾਅਦ ਆ ਗਈ ਸੀ ਕਿਚਨ ਸਮੇਟਣ ਦੀ ਵਾਰੀ, ਕਿਉਂਕਿ ਕਿਚਨ ਦੇਖੋ ਜੀ ਮੈਨੂੰ ਜੇ ਮੈਂ ਛੱਡ ਕੇ ਪੈਂਦੀ ਤਾਂ ਮੈਨੂੰ ਸਵੇਰੇ ਔਖਾ ਹੋ ਜਾਣਾ ਸੀਗਾ। ਮੈਂ ਕਿਹਾ ਹੁਣ ਮੈਂ ਕਰਕੇ ਹੀ ਪੈਂਦੀ ਹਾਂ। ਫਿਰ ਮੈਨੂੰ ਇਹ ਸੀ, ਮੈਂ ਕਿਹਾ ਤੁਸੀਂ ਹੁਣ ਦੋਨੇ ਭੈਣਾਂ ਬੈਠ ਕੇ ਮਾਰੋ ਗੱਲਾਂ, ਬੱਚਿਆਂ ਨੂੰ ਨਾਲੇ ਬੈਠਾਓ, ਇੰਜੋਏ ਕਰਾਓ, ਵੀ ਮੈਂ ਆਪਣਾ ਕਿਚਨ ਸਮੇਟ ਲਵਾਂ, ਹੈ ਨਾ। ਅਤੇ ਮੈਂ ਇੱਥੇ ਸਮੇਟਿਆ ਸੀ ਕਿਚਨ, ਜਾਣ ਨੂੰ ਮੰਮੀ ਨੇ ਦੁੱਧ 'ਚ ਮਿੱਠਾ ਪਾ ਲਿਆ ਸੀਗਾ, ਜਾਗ ਲਾ ਲਿਆ ਸੀਗਾ, ਅਸੀਂ ਆਪਣੇ ਸੱਸ ਨੂੰ ਉਹਨੇ ਇਹ ਕੰਮ ਕਰ ਲਿਆ ਸੀਗਾ, ਹੈ ਨਾ। ਵੀ ਸਵੇਰੇ ਫਿਰ ਮੈਨੂੰ ਇਹ ਸੀ ਵੀ ਸਾਫ਼ ਸਾਫ਼ ਕਿਚਨ 'ਚ ਜਾਣਾ, ਉੱਠ ਕੇ ਆਪਾਂ ਕੰਮ ਕਰਨਾ ਹੁੰਦਾ ਦੁਬਾਰਾ, ਫਿਰ ਵਧੀਆ ਲੱਗਦਾ ਜੀ। ਜੇ ਆਪਾਂ ਇੱਦਾਂ ਹੀ ਛੱਡ ਕੇ ਪੈ ਜਾਂਦੀ, ਹੈ ਨਾ, ਹਾਲਾਂਕਿ ਮੈਨੂੰ ਕੋਈ ਕਹਿਣ ਵਾਲਾ, ਕਿਸੇ ਨੇ ਕਹਿਣਾ ਤਾਂ ਹੈ ਨਹੀਂ, ਚਾਹੇ ਮੈਂ ਛੱਡ ਕੇ ਵੀ ਪੈ ਜਾਂਦੀ, ਪਰ ਆਪਣੇ ਆਪ ਨੂੰ ਇਹ ਨਹੀਂ ਵਧੀਆ ਲੱਗਦਾ। ਵੈਸੇ ਵੀ ਜੂਠੇ ਭਾਂਡੇ ਰਾਤ ਨੂੰ ਛੱਡ ਕੇ ਨਹੀਂ ਸੋਣੇ ਚਾਹੀਦੇ ਹੈਗੇ, ਰਾਤ ਨੂੰ ਭਾਂਡੇ ਜੂਠੇ ਸਾਰੇ ਧੋ ਕੇ ਸੌਣਾ ਚਾਹੀਦਾ ਜੀ, ਕਹਿੰਦੇ ਹੁੰਦੇ ਨੇ, ਮੈਂ ਤਾਂ ਸੁਣਿਆ ਹੀ ਹੋਇਆ ਬਜ਼ੁਰਗਾਂ ਤੋਂ। ਆਪਾਂ ਉਹ ਚੀਜ਼ ਫੋਲੋ ਕਰ ਲੈਂਦੇ ਹਾਂ, ਨਾਲੇ ਆਪਾਂ ਖੁਸ਼ ਨਾਲੇ ਮੰਮੀ ਖੁਸ਼, ਇਹ ਹੋ ਜਾਂਦਾ। ਅਤੇ ਭਾਂਡੇ ਜੀ ਧੋ ਲਏ ਸੀਗੇ ਮੈਂ ਸਾਰੇ। ਉਸ ਤੋਂ ਬਾਅਦ ਜਿਹੜੀ ਖੀਰ ਬਣਾਈ ਹੋਈ ਸੀ ਨਾ, ਮੈਂ ਕਿਹਾ ਵੀ ਚਲੋ ਖੀਰ ਵੀ ਹੁਣ ਆਪਾਂ
ਪਾ ਕੇ ਲੈ ਜਾਵਾਂ ਵੀ ਗੁਰਦੀਪ ਬੱਚਿਆਂ ਨੂੰ ਤਾਂ ਮਿੱਠਾ ਅੱਜ ਕੱਲ੍ਹ ਬਹੁਤ ਜ਼ਿਆਦਾ ਘੱਟ ਪਸੰਦ ਆ ਜੀ, ਨਾ ਤਾਂ ਦੇਖੋ ਨਵਨੀਤ ਨੇ ਲਈ ਬਿਲਕੁਲ ਵੀ, ਉਹਨੂੰ ਮੈਂ ਹੰਭ ਲਈ, ਮੈਂ ਕਿਹਾ ਵੀ ਤੂੰ ਹਲਕੀ ਫੁਲਕੀ ਥੋੜ੍ਹੀ ਬਹੁਤੀ ਉਹ ਲੈ ਲਾ ਵੀ ਜਿੰਨੀ ਕੁ ਲੈਣੀ ਆ, ਕਹਿੰਦਾ ਨਹੀਂ ਮਾਮੀ ਜੀ ਮੈਂ ਤਾਂ ਖਾਣੀ ਉਹ ਨਹੀਂ ਹੈਗੀ, ਮਿੱਠਾ ਖਾਂਦਾ ਹੀ ਨਹੀਂ ਹੈਗਾ, ਮੇਰੇ ਵਰਗਾ ਹੀ ਉਹ ਵੀ, ਮੈਂ ਕਿਹਾ ਚੱਲ ਫਿਰ ਤਾਂ ਤੂੰ ਮੇਰੇ ਵਰਗੇ। ਸਾਵਲ ਨੇ ਤਾਂ ਟੱਚ ਵੀ ਨਹੀਂ ਕਰੀ ਹੈਗੀ, ਉਹਨੇ ਵੀ ਨਹੀਂ ਬਿਲਕੁਲ ਖਾਧੀ। ਤਾਂ ਲਓ ਜੀ ਇੱਥੇ ਮੈਂ ਖੀਰ ਪਾ ਲਈ ਸੀਗੀ, ਮੈਂ ਕਿਹਾ ਹੁਣ ਇਹਨਾਂ ਨੂੰ ਖੀਰ ਵੀ ਦਿੰਦੀ ਹਾਂ, ਖਾਣ ਨੂੰ ਵੀ ਦੱਸਿਓ ਖਾ ਕੇ ਕਿਵੇਂ ਬਣੀ ਆ। ਇੱਥੇ ਗੈਲਰੀ 'ਚ ਆਪਣੀ ਥੋੜ੍ਹੀ ਜਿਹੀ ਲਾਈਟ ਘੱਟ ਹਰਪ੍ਰੀਤ ਦਿਨ ਮੈਂ ਸ਼ੇਅਰ ਕਰ ਲੂ, ਠੀਕ ਹਾਂ, ਤੂੰ ਜਿੰਨੀ ਕੁ ਖਾਣੀ ਹੈ ਇਹਦੇ ਬਾਡੀ ਦਾ ਰਹੱਸ ਇਹਦੇ ਸਰੀਰ ਦਾ ਰਾਜ ਇਹ ਹੈ, ਦੇਖ ਲਾ ਹੁਣ ਤੂੰ ਜੇ ਬਣਾਉਣਾ ਹਰਪ੍ਰੀਤ ਲੈ ਲਾ ਫਿਰ ਕਹੇਗੀ ਮੈਂ ਖਾਣੀ ਨੀ, ਹੁਣ ਇਹ ਆਫ ਕੈਮਰਾ ਖਾਊਗੀ, ਇਹ ਕੈਮਰੇ ਦੇ ਸਾਹਮਣੇ ਨਹੀਂ ਲੈਣੀ ਇਹਨੇ। ਗੁਰਦੀਪ ਕਿਵੇਂ ਆ, ਟੇਸਟੀ? ਮੰਮੀ ਨੇ ਭਾਈ ਦਿਨ 'ਚ ਖਾ ਲਈ ਸੀ ਤਾਂ ਨਹੀਂ ਖਾਣੀ। ਸਾਵਲ ਆ ਦੇਖੋ ਮੈਂ ਕੀ ਲੈ ਕੇ ਆਈ ਖਾਣ ਨੂੰ, ਯੂ ਵੀ ਦੇਖ ਇਹਨੂੰ ਖੜਾ ਕੇ ਖਾਊਗਾ, ਭੂਆ ਕਹਿੰਦੀ ਪੁੱਛੇ ਖਾ ਕੇ। ਨਵਨੀਤ ਤੂੰ ਕਿਉਂ ਨਹੀਂ ਖਾਣੀ ਪੁੱਤ ਖੀਰ? ਵਨ ਵਾਈਟ ਸਾਵਲ, ਫਿਰ ਮੈਂ ਫੋਨ ਦਊਂਗੀ ਆਪਣਾ, ਇੱਕ ਯੂ ਵੀ ਦੇਖੀ ਅੰਗਰੇਜ਼ ਅੰਗਰੇਜ਼ ਆਖਿਆ ਪੰਜਾਬੀ ਡਿਸ਼ ਸਾਡੀ। ਨਹੀਂ ਖਾਂਦਾ ਜੀ ਇਹ, ਨਹੀਂ ਖਾਣੀ ਹੈਗੀ ਇਹਨੇ, ਇਹ ਅੰਗਰੇਜ਼ ਨੇ ਨਹੀਂ ਖਾਣੀ। ਥੈਂਕ ਯੂ ਥੈਂਕ ਯੂ। I'm holding the sun. Sun or earth? Sun. And I throw the house in the sun to try to make it burn. Now I made a sun nu sabal chakki janda. Nahi main sun chakna hai. Main any sun chakna bhai. Sun chakna nahi. Chakna. Chakna okay. Kya mami ji ye sun a? Kahi but Punjabi boli. ਵੇਟ ਨਹੀਂ ਕਰਨੀ ਮੈਂ, 12 ਦਾ ਵੱਜੇ ਪਏ ਨੇ, ਆ ਦੇਖ ਲਓ ਜੀ 12 ਵਜੇ ਸੰਨ ਬਣਾ ਰਿਹਾ, ਸੰਨ ਚੜਾ ਰਿਹਾ ਏ ਸੂਰਜ ਚਾਹ ਤਾਂ। ਹਾਂ ਹਾਂ ਲਿਖਦਾ ਕਿ ਨਾ ਨਾ ਲਿਖਦਾ? ਸੌ ਸੌ ਗੁੱਡ ਨਾਈਟ ਕਰੋ, ਯੂ ਵੀ ਗੁੱਡ ਨਾਈਟ, ਸਾਵਲ ਗੁੱਡ ਨਾਈਟ। ਅਤੇ ਆਏ ਨੈਕਸਟ ਮੋਰਨਿੰਗ ਦਾ ਟਾਈਮ ਜੀ, ਇੱਥੇ ਗੁਰਦੀਪ ਕੰਮ 'ਤੇ ਜਾਣ ਲੱਗੇ ਸੀ, ਤਾਂ ਦੀਪੀ ਰੈਡੀ ਹੋ ਗਈ ਸੀ ਜਾਣ ਨੂੰ, ਕਿ ਗੁਰਦੀਪ 7 ਕੁ ਵਜੇ ਨੇਗੇ, ਦੀਪੀ ਚਲੇ ਗਈ ਸੀ 7:30 ਵਜੇ ਜੀ, ਕਿਉਂਕਿ ਇਹਨੇ ਜਾ ਕੇ ਧਾਰਾਂ 'ਚ ਆਉਣੀਆਂ ਸੀਗੀਆਂ, ਤਾਂ ਕਰਕੇ ਇਹ ਜਲਦੀ ਚਲੇ ਗਏ ਸੀਗੇ। ਚਲੋ ਇੰਨਾ ਹੀ ਹੋ ਗਿਆ ਵੀ ਅਸੀਂ ਇਕੱਠੇ ਹੋ ਗਏ, ਰੌਣਕ ਮੇਲਾ ਲਾ ਲਿਆ ਖੂਬ ਰਾਤ ਨੂੰ, ਹੈ ਨਾ, ਵੀ ਕੋਈ ਗੱਲ ਨਹੀਂ। ਹਰਪ੍ਰੀਤ ਲੇਟ ਗਈ ਸੀਗੀ ਜੀ, ਉਹਨੂੰ ਡੈਡੀ ਜੀ ਉਹ ਛੱਡ ਕੇ ਆਏ ਸੀਗੇ, ਦੀਪੀ ਨਵਨੀਤ ਦੇ ਨਾਲੇ ਚਲੇ ਗਈ ਸੀਗੀ, ਹੈ ਨਾ। ਅਤੇ ਲਓ ਜੀ ਇੱਥੇ ਫਾਈਨਲੀ, ਹੈ ਨਾ, ਇੱਕ ਨਣਦ ਮੇਰੀ ਚੱਲੀ ਅਤੇ ਇੱਕ ਬਾਅਦ ਵਿੱਚ ਚੱਲੂ, ਵੀ ਹੁਣ ਘਰ ਹੋ ਜੂਗਾ ਸੁਣਨਾ ਸੁਣਨਾ ਜਿਹਾ, ਦੀਪੀ ਬਾਏ ਐਂ ਹੋ ਜਾਂਦਾ ਹੁੰਦਾ ਫਿਰ ਜਾਣ ਤੋਂ ਬਾਅਦ ਕੁੜੀਆਂ ਦੇ, ਹੈ ਨਾ, ਸੁਣਨਾ ਸੁਣਨਾ ਜਿਹਾ ਲੱਗਣ ਲੱਗ ਜਾਂਦਾ।
ਦਿਲ ਜਿਹਾ ਨਹੀਂ ਲੱਗਦਾ, ਅਜੀਬ ਜਿਹਾ ਲੱਗਦਾ ਇਹਨਾਂ ਨੂੰ। ਮੈਂ ਮਜ਼ਾਕ ਕਰਦੀ ਸੀਗੀ, ਮੈਂ ਕਿਹਾ ਆ ਜਾਓ ਹੁਣ ਤੋਰ ਕੇ, ਤੁਸੀਂ ਵੀ ਨਾਲ ਜਾਣਾ। ਮੁੜਿਆ ਮੁੜਿਆ ਹੁਣ ਨਾਲੇ ਜਾਣਾ ਤੁਸੀਂ। ਹਰੀਆ ਜੁਵੀ ਵੀ ਆ, ਜੁਵੀ ਵੀਰਾ ਨਾਲ ਲੈ ਕੇ ਜਾਣਾ ਇਹਨੇ। ਰੋਟੀ ਖਾ ਲਈ ਪੁੱਤ? ਕੀ ਲੱਭਦਾ ਕੀ ਉਹ ਵੇ ਓਡੀਏ ਤੇ ਆ ਡੋਲੂ ਚ। ਹੁਣ ਇਹ ਕਹਿੰਦਾ ਮੈਨੂੰ ਕਰਕੇ ਦੇ, ਟਾਈਮ ਲੱਗੂ ਜੂ ਵੀ ਹੋ ਗਿਆ। ਹਰਪ੍ਰੀਤ ਹੁਣ ਕਦੋਂ ਆਉਣਾ ਇੰਡੀਆ? ਮਿਲੋ ਜੁਵੀ ਵੀਰੇ ਨੂੰ, ਮਿਲੋ। ਤੂੰ ਰਹਿ ਪਾ ਪੁੱਤ ਫਿਰ ਉਰੀ, ਕੋਈ ਨਾ ਵਿੱਚੇ ਬਹਿ ਕੇ ਸੁਣ ਲੂਗੀ ਹੁਣ। We will do video call, okay? ਇੱਥੇ 12 ਵੱਜ ਗਏ ਜੀ, 12 ਵਜੇ ਦਾ ਟਾਈਮ ਹੋ ਗਿਆ ਦੇਖ ਲਓ। ਹਜੇ ਮੈਂ 12 ਵਜੇ ਕੰਮ ਸ਼ੁਰੂ ਕਰਨੇ ਨੇ, ਹਜੇ ਕੀਤਾ ਕੋਈ ਨਹੀਂ ਹੈਗਾ, ਸ਼ੁਰੂ ਕਰਾਂਗੇ। ਪਹਿਲਾਂ ਕਿਚਨ ਵੈਸੇ ਤਾਂ ਹਲਕੀ ਫੁਲਕੀ ਕਿਚਨ ਸਮੇਟ ਲਈ ਮੈਂ, ਅਤੇ ਆਹ ਦੇਖੋ ਜੀ ਮੇਰੇ ਭਾਂਡੇ ਪਏ ਨੇ, ਹਜੇ ਪੂਰੀ ਸਿੰਖ ਭਰੀ ਹੋਈ ਉੱਦਾਂ ਹੀ। ਜਿਹੜੇ ਨਾਸ਼ਤੇ ਨੇ ਸਾਰੇ ਨਾਸ਼ਤੇ ਦੇ ਬਾਹਰ ਵਿਹੜਾ ਵੂੜਾ ਸੁੰਬ ਰਿਹਾ ਸੀਗੀ, ਮੈਂ ਸਵੇਰੇ ਸੁੰਬਰਤਾ ਸੀਗਾ। ਦੀਪੀ ਤਾਂ ਜਿਵੇਂ ਤੁਹਾਨੂੰ ਪਤਾ ਵੀ ਉਹ ਜਲਦੀ ਚਲੇ ਗਈ ਸੀ ਸਵੇਰੇ, ਹੈ ਨਾ, 7:15 7:30 ਚਲੇ ਗਏ ਸੀਗੇ। ਅਤੇ ਹਰਪ੍ਰੀਤ ਹੁਣ ਗਈ ਹੈ ਜੀ, ਉਹਨੇ ਥੋੜ੍ਹਾ ਲੇਟ ਡੈਡੀ ਜੀ ਨੇ ਹੀ ਛੱਡ ਕੇ ਆਉਣਾ ਸੀ, ਫਿਰ ਡੈਡੀ ਜੀ ਨੇ ਕਿਹਾ ਇੱਕ ਵਿਆਹ ਵੀ ਜਾਣਾ ਸੀਗਾ, ਉਹ ਕਹਿੰਦੇ ਜਾਂਦੇ ਜਾਂਦੇ ਹੀ ਛੱਡ ਕੇ ਨਿੰਘ ਜਾਂਗੇ, ਹੈ ਨਾ। ਅਤੇ ਹੁਣ ਲਾਉਂਦੇ ਆਪਾਂ ਪਹਿਲਾਂ ਝਾੜੂ ਪੋਚਾ ਸ਼ੁਰੂ ਕਰਦੀ ਹਾਂ। ਮੰਮੀ ਚਾਹ ਬਣਾ ਕੇ ਪੀਣ ਲੱਗੇ ਨੇ, ਮੈਂ ਝਾੜੂ ਪੋਚਾ ਸ਼ੁਰੂ ਕਰਨ ਲੱਗੀ ਹਾਂ ਵੀ ਹੁਣ ਕਰ ਲਈਏ ਕੰਮ। ਹੁਣ ਦਿਲ ਨਹੀਂ ਕਰਦਾ ਵੈਸੇ, ਹੁਣ ਗਿਆ ਅਤੇ ਹੁਣ ਕੁੜੀਆਂ ਗਈਆਂ ਅਤੇ ਨਾ ਖਾਲੀ ਖਾਲੀ ਜਿਹਾ ਲੱਗਣ ਲੱਗ ਗਿਆ, ਕੁੜੀਆਂ ਚਿੜੀਆਂ ਨਾਲ ਘਰ 'ਚ ਰੌਣਕ ਲੱਗੀ ਹੋਈ ਸੀਗੀ। ਹੁਣ ਐਂ ਲੱਗਦਾ ਮੰਮੀ, ਹੈ ਨਾ, ਸੁੰਨਾ ਸੁੰਨਾ ਜਿਹਾ ਹੋ ਗਿਆ ਨਾ ਮੰਮੀ। ਮੰਮੀ ਦਾ ਹੁਣ ਜੀਣ ਲੱਗਣਾ ਕਿਸੇ ਨੂੰ ਕਰੇ ਖੀਰ ਖਾ ਲਓ, ਹੈ ਮੰਮੀ ਕੀ ਕਹੇ ਸੀ, ਕਿਸੇ ਨੂੰ ਕਹੇ ਖੀਰ ਖਾ ਲਓ, ਕਿਸੇ ਨੂੰ ਕਹੇ ਕੁਛ ਖਾ ਲਓ, ਕੁੜੀਆਂ ਦਾ ਚਾਅ ਇੰਨਾ ਹੁੰਦਾ ਜੀ। ਮੈਨੂੰ ਤਾਂ ਰੌਣਕ ਲੱਗੀ ਪਈ ਸੀ ਕੱਲ੍ਹ ਦੀ, ਬੜਾ ਹੀ ਦਿਲ ਲੱਗਿਆ ਸੀ ਸਾਵਲ ਨਾਲ, ਇੰਨਾ ਉਦਾਸ ਗਿਆ, ਇੰਨਾ ਉਹਨੂੰ ਸੀਗਾ ਵੀ ਯੂਵੀ ਵੀਰੇ ਨੂੰ ਨਾਲ ਲੈ ਕੇ ਜਾਣਾ ਜਾਂ ਕਹਿੰਦਾ ਹੋਰ ਰਹਿਣਾ ਹਜੇ ਮੈਂ ਯੂਵੀ ਵੀਰੇ ਕੋਲ। ਫਿਰ ਕਿਉਂਕਿ ਹਰਪ੍ਰੀਤ ਦਾ ਦੇਖੋ ਜੀ ਟਾਈਮ ਹੈ ਨਹੀਂ ਉਹਦੇ ਕੋਲ, ਇੱਕ ਦਿਨ ਆ ਬਸ, ਫਿਰ ਉਹਨੇ ਜਾਣਾ ਹੈ ਅਤੇ ਉਹਦੀ ਵਾਪਸੀ ਆ ਕੈਨੇਡਾ ਦੀ, ਹੁਣ ਪਹੁੰਚਣਾ ਕੈਨੇਡਾ ਵਾਪਸ ਸੰਦੀਪ ਕੋਲ ਉਹਨੇ। ਅਤੇ ਦੇਖਦੇ ਹਾਂ ਜੀ ਹੁਣ ਅਸੀਂ ਵੀ ਮਿਲਣ ਜਾਵਾਂਗੇ ਉਹਨੂੰ ਦੁਬਾਰਾ, ਦੇਖਦੀ ਹਾਂ ਵੀ ਕੱਲ੍ਹ ਨੂੰ ਜਾਂਦੀ ਹਾਂ ਕਿ ਉਦੋਂ ਅਗਲੇ ਦਿਨ ਜਾਂਦੀ ਹਾਂ। ਫਿਰ ਜੋ ਵੀ ਜਿਵੇਂ ਵੀ ਹੋਊਗਾ ਤੁਹਾਨੂੰ ਦਿਖਾਊਂਗੀ। ਅਤੇ ਯੂਵੀ ਲੱਗਿਆ ਹੋਇਆ ਪੜ੍ਹਨ, ਆਹ ਦੇਖੋ ਉਹ ਆਪਣਾ ਹੁਣ ਲੱਗ ਗਿਆ ਪੜ੍ਹਨ, ਉਹੀ ਰੂਟੀਨ 'ਚ ਆ ਗਿਆ, ਫੋਨ ਆਇਆ ਹੋਇਆ ਕਿਸੇ ਬੱਚੇ ਦਾ ਉਹਨੂੰ।
ਅਤੇ ਵੀਡੀਓ ਦਾ ਕਰਦੇ ਹਾਂ ਜੀ ਹੁਣ ਆਪਾਂ ਐਂਡ। ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ, ਸ਼ੇਅਰ ਕਰੋ ਚੈਨਲ 'ਤੇ, ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ ਜ਼ਰੂਰ ਜ਼ਰੂਰ ਕਰਕੇ ਜਾਇਆ ਕਰੋ, ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ। ਮਿਲਦੇ ਹਾਂ ਜੀ ਹੋਰ ਨਵੀਂ ਵੀਡੀਓ 'ਚ। ਓਕੇ ਜੀ, ਬਾਬਾ ਟੇਕ ਕੇਅਰ।